राह विच इक कौलक पिंड आया ते उत्थों उह उन्हें पानी पीता ते कोठियां दा राह पुछ के अगे तुर पिया। 11-12 बजदे नूं आराम नाल कोठी पहुँच गया। हरनामी दा सोहरा रोटी खा के सत्थ विच गल्लां मारन जा बैठा सी। उहदा पति गिंदर सूरज चढ़न तों पहलां दा कणक नूं हल्ट दा पानी लाउण लई गया होया सी। ਉਹ ਆਪ ਖੇਤ ਰੋਟੀ ਲਿਜਾਣ ਲਈ ਤਿਆਰੀ ਬਿਆਰੀ ਕਰਦੀ ਫਿਰਦੀ ਸੀ। ਘਰ ਪੁੱਛ ਕੇ ਦੁੱਲਾ ਪਹੁੰਚ ਗਿਆ। ਹਰਨਾਮੀ ਖੜੀ ਦੀ ਖੜੀ ਦੇਖਦੀ ਰਹਿ ਗਈ। ਉਹ ਕਿੰਨੀ ਖੁਸ਼ ਸੀ, ਉਹਨੂੰ ਸੁੱਝਦਾ ਨਹੀਂ ਸੀ ਉਹ ਕੀ ਕਰੇ ਤੇ ਕੀ ਨਾ ਕਰੇ। ਆਖਰੀ ਹਰਨਾਮੀ ਨੇ ਦਰਵਾਜ਼ੇ ਦਾ ਅੰਦਰਲਾ ਕੁੰਡਾ ਬੰਦ ਕੀਤਾ। ਅੰਦਰ ਸਾਬਤ ਵਿੱਚ ਜਾ ਕੇ ਮੰਜੇ ਉੱਤੇ ਦੁੱਲੇ ਕੋਲੇ ਬੈਠ ਗਈ। ਉਹ ਕਦੇ ਹੱਸਦੇ, ਕਦੇ ਉਦਾਸ ਹੁੰਦੇ ਤੇ ਕਦੇ ਚੁੱਪ ਚਾਪ ਹੀ ਇੱਕ ਦੂਜੇ ਵੱਲ ਅੱਖਾਂ ਪਾੜ ਪਾੜ ਕੇ ਦੇਖਦੇ। ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ, ਜਿਵੇਂ ਸਾਰੀਆਂ ਗੱਲਾਂ ਦੀ ਇੱਕੋ ਗੱਲ ਹੋਵੇ, ਪਲ ਪਲ ਇੱਕ ਦੂਜੇ ਦੇ ਕੋਲ ਰਹਿਣ ਦੀ ਤਮੰਨਾ। ਦਾਲ ਬਚੀ ਪਈ ਸੀ, ਹਰਨਾਮੀ ਨੇ ਵੀ ਅਜੇ ਰੋਟੀ ਨਹੀਂ ਸੀ ਖਾਧੀ। ਆਪਣੇ ਹਿੱਸੇ ਦੀਆਂ 2-3 ਵੱਧ ਰੋਟੀਆਂ ਉਹਨੇ ਪੱਤੇ ਵਿੱਚ ਬੰਨ ਲਈਆਂ ਅਤੇ ਚੁੱਲ੍ਹੇ ਵਿੱਚ ਅੱਗ ਹੈਗੀ ਸੀ ਉਹਨੇ ਪਕਾ ਕੇ ਉਹਨੇ ਦਰਵਾਜ਼ੇ ਦਾ ਕੁੰਡਾ ਖੋਲ੍ਹਿਆ ਅਤੇ ਪਾਣੀਏ ਦੀ ਹੱਟ ਤੋਂ ਸ਼ੱਕਰ ਲੈ ਕੇ ਆਈ। ਬਰਾਂਡੇ ਬਿਠਾ ਕੇ ਦੁੱਲੇ ਨੂੰ ਰੋਟੀ ਖਵਾਈ। ਦਾਲ ਅਤੇ ਸ਼ੱਕਰ ਵਿੱਚ ਦੇਸੀ ਘਿਓ ਉੱਤੇ ਤੈਰਦਾ ਫਿਰਦਾ ਸੀ। ਰੋਟੀ ਖਾ ਕੇ ਦੁੱਲਾ ਬਰਾਂਡੇ ਵਿੱਚ ਹੀ ਮੰਜੇ ਉੱਤੇ ਪੈ ਗਿਆ। ਖੇਤ ਨੂੰ ਰੋਟੀ ਲੈ ਕੇ ਜਾਂਦੀ ਸੱਥ ਵਿੱਚ ਉਹ ਬੁੜੇ ਨੂੰ ਦੱਸ ਗਈ ਕਿ ਹੰਡਾਏ ਤੋਂ ਬੰਦਾ ਆਇਆ ਹੈ, ਉਹ ਉਹਦੇ ਕੋਲ ਜਾ ਕੇ ਬੈਠ ਜਾਵੇ, ਗੱਲਾਂ ਕਰੇ, ਉਹ ਇਕੱਲਾ ਬੈਠਾ ਬੁਰਾ ਮਹਿਸੂਸ ਕਰੇਗਾ। ਫੂਲ ਕੰਨੀਓ ਆਇਆ ਅਗਾਂਹ ਜਾਣਾ, ਰੋਟੀ ਖਵਾ ਦਿੱਤੀ ਹੈ, ਬਿੰਦ ਝੱਟ ਦਮ ਲਾਓ ਫਿਰ ਚਲਿਆ ਜਾਊ। ਖੇਤ ਜਾ ਕੇ ਉਹਨੇ ਗਿੰਦਰ ਨੂੰ ਵੀ ਦੁੱਲੇ ਬਾਰੇ ਦੱਸਿਆ। ਉਹਨੂੰ ਰੋਟੀ ਖਵਾ ਕੇ ਆਪ ਰੋਟੀ ਖਾਣ ਲੱਗੀ। ਦੁੱਲਾ ਬੜੇ ਨਾਲ ਅੱਧਾ ਪੌਣਾ ਘੰਟਾ ਗੱਲਾਂ ਮਾਰ ਕੇ ਚਲਿਆ ਗਿਆ। ਮਗਰੋਂ ਦੀ ਬੁੜਾ ਕਹਿੰਦਾ, ਚੰਗਾ ਭਾਈ, ਸ਼ਾਬਾਸ਼ੇ ਤੇਰੇ, ਮਿਲ ਗਿਆ। ਉੱਥੋਂ ਦੀ ਸੁੱਖ ਸਾਂ ਦਾ ਪਤਾ ਲੱਗ ਗਿਆ। ਹਰਨਾਮ ਕੌਰ ਵੀ ਫਿਕਰ ਜਿਹਾ ਕਰਦੀ ਸੀ। ਮਾਪਿਆਂ ਦਾ ਪਿੰਡ ਦਾ ਕੁੱਤਾ ਮਾਂ ਨਹੀਂ ਹੁੰਦਾ, ਭਾਈ ਤੂੰ ਤਾਂ ਬੰਦਾ ਆ, ਕਦੇ ਫਿਰ ਇੱਧਰ ਦੀ ਲੰਘੇ ਤਾਂ ਜ਼ਰੂਰ ਮਿਲ ਕੇ ਜਾਏ। ਝੰਡੇ ਅਤੇ ਅਰਜਨ ਦੋ ਭਰਾ ਸਨ। ਝੰਡਾ ਵੱਡਾ ਸੀ, ਦੋਵੇਂ ਵਿੱਚ 10 ਸਾਲਾਂ ਦਾ ਵਿੱਥ ਹੋਵੇਗੀ। ਝੰਡਾ ਵਿਆਹਿਆ ਹੋਇਆ ਸੀ ਅਤੇ ਉਹਦੇ ਇੱਕ ਮੁੰਡਾ ਅਤੇ 2 ਕੁੜੀਆਂ ਸਨ। ਅਰਜਨ ਨੂੰ ਸਾਕ ਨਹੀਂ ਸੀ ਹੋਇਆ, ਉਹਨੇ ਕੋਲ ਵੀ ਘੁਮਾ ਜਮਾਨਾ ਦੱਸਿਆ ਸੀ। ਅਰਜਨ ਦੇ ਹਿੱਸੇ 10 ਘੁਮਾ ਇਹ ਸੀ। ਇੰਨੀ ਜ਼ਮੀਨ ਵਾਲੇ ਮੁੰਡੇ ਨੂੰ ਸਾਕ ਹੋਣਾ ਕੋਈ ਵੱਡੀ ਗੱਲ ਨਹੀਂ ਸੀ, ਪਰ ਅਰਜਨ ਦੇ ਹਾਲੇ ਮਾੜੇ ਸੀ। ਬਚਪਨ ਵਿੱਚ ਉਹ ਮਾਂ ਦਾ ਲਾੜਲਾ ਰੱਖਿਆ ਹੋਇਆ ਸੀ, ਕਦੇ ਕੋਈ ਕੰਮ ਨਹੀਂ ਕਰਵਾਉਂਦੀ ਸੀ, ਉਹਨੂੰ ਝੰਡੇ ਨਾਲੋਂ ਵੱਧ ਖਾਣ ਨੂੰ ਦਿੰਦੀ। ਬਾਹਰ ਖੇਡਣ ਗਿਆ, ਕਿਸੇ ਨੂੰ ਕੁੱਟ ਮਾਰ ਆਉਂਦਾ ਤਾਂ ਉਹ ਲਾਂਭਾ ਲੈ ਕੇ ਆਈ ਬੁੜੀ ਨੂੰ ਹੀ ਬੁਰਾ ਭਲਾ ਕਹਿੰਦੀ। ਹੌਲੀ ਹੌਲੀ ਉਹ ਵਿਗੜਦਾ ਗਿਆ। 14-15 ਸਾਲ ਦਾ ਹੋਇਆ ਤਾਂ ਖੇਤ ਮਹੀਆਂ ਤੋਂ ਲੈ ਕੇ ਵੀ ਨਾ ਜਾਇਆ ਕਰੇ, ਸੱਥ ਵਿੱਚ ਬੈਠ ਕੇ ਤਾਸ਼ ਖੇਡਿਆ ਕਰੇ। ਉਹਨਾਂ ਦਾ ਬਾਪ ਹੈ ਨਹੀਂ ਸੀ, ਬੁੜੀ ਸੀ ਇਕੱਲੀ। ਘਰ ਖੇਤ ਦਾ ਸਾਰਾ ਕੰਮ ਝੰਡਾ ਹੀ ਕਰਦਾ ਸੀ। ਉਹ ਬੜਾ ਹੀ ਸਾਊ ਮੁੰਡਾ ਮੰਨਿਆ ਜਾਂਦਾ ਸੀ, ਕਿਸੇ ਨਾਲ ਲੜਦਾ ਬੋਲਦਾ ਵੀ ਨਹੀਂ ਸੀ। ਅਰਜਨ ਥੋੜ੍ਹਾ ਜਿਹਾ ਉਭਾਰ ਹੋਇਆ ਹੋਇਆ ਸੀ, ਸਾਧ ਦੇ ਡੇਰੇ ਜਾਣ ਲੱਗ ਪਿਆ, ਉੱਥੇ ਹੀ ਬੈਠਾ ਰਿਹਾ ਕਰੇ। ਸਾਧ ਨੇ ਪਲੋਸ ਲਿਆ, ਪਿੰਡ ਵਿੱਚ ਦੁੱਧ ਦਾ ਗਜ਼ਾ ਕਰਨ ਲਈ ਜਾਇਆ ਕਰੇ। ਦੁੱਧ ਤਾਂ ਘਰ ਵਿੱਚ ਹੀ ਹੈਗਾ ਸੀ, ਪਰ ਡੇਰੇ ਦਾ ਦੁੱਧ ਵਿੱਚੋਂ ਉਹਨੂੰ ਨਵਾਂ ਹੀ ਸਵਾਦ ਮਿਲਦਾ ਸੀ। ਦੁੱਧ ਦੇਣ ਵੇਲੇ ਘਰ ਮੱਖਣੀ ਦੀ ਗਰੋਲੀ ਵੀ ਦੇ ਦਿੰਦੇ ਸਨ। ਪਿੰਡ ਵਿੱਚ ਦੁੱਧ ਦੀਆਂ 2 ਬਾਲਟੀਆਂ ਗਜ਼ਾ ਕਰਕੇ ਮੁੜਦੇ ਤਾਂ ਚੇਲਿਆਂ ਕੋਲ ਮੱਖਣੀ ਦਾ ਤੂੰਬਾ ਵੀ ਭਰਿਆ ਹੁੰਦਾ। ਤੜਕੇ ਵੇਲੇ ਸਾਧ ਅਤੇ ਉਹਦੇ ਵੇਲੇ ਦੁੱਧ ਚਾੜ ਕੇ ਪੀਂਦੇ, ਹਾਜ਼ਰੀ ਇੱਕ ਇੱਕ ਬੇਸਣੀ ਰੋਟੀ ਵੀ ਮਿਲਦੀ, ਨਾਲ ਨਾਲ ਮੱਖਣੀ ਖਾਂਦਾ ਪੀਂਦਾ ਦੜੰਗੇ ਮਾਰਦਾ। ਅਰਜਨ ਸਾਧ ਦੇ ਡੇਰੇ ਵਿੱਚ ਹੀ ਬੈਠਾ ਰਹਿੰਦਾ। ਇੱਕ ਵਾਰੀ ਸਾਧ ਦੇ ਡੇਰੇ 3-4 ਮੱਲ ਆ ਕੇ ਰਹੇ। ਅਰਜਨ ਨੇ ਮੱਲਾਂ ਦੀਆਂ ਗੱਲਾਂ ਸੁਣੀਆਂ, ਉਹਨਾਂ ਦਾ ਖਾਣ ਪੀਣ ਦੇਖਿਆ ਤਾਂ ਉਹਨਾਂ ਨਾਲ ਹੀ ਉੱਠ ਤੁਰਿਆ, ਉਹਨਾਂ ਦੇ ਕੱਛੇ ਜਾਂਗੇ ਸੰਭਾਲਣ ਉੱਤੇ ਹੋ ਗਿਆ। 6 ਮਹੀਨੇ ਮੱਲਾਂ ਨਾਲ ਹੀ ਫਿਰਦਾ ਰਿਹਾ, ਕੁਸ਼ਤੀ ਕਰਨ ਦਾ ਸ਼ੌਂਕ ਵੀ ਜਾਗ ਪਿਆ। ਹੁਣ ਕਦੇ ਕਦੇ ਉਹ ਮਾਂ ਕੋਲ ਆਉਂਦਾ ਅਤੇ ਚੌੜ ਜਿਹੀ ਕਰਦਾ, ਮਾਂ ਤਾਂ 2 ਸੇਰ ਤੋਂ ਵੱਧ ਲੈ ਲੈਂਦਾ। ਪੇਸ਼ਾਵਰ ਪਹਿਲਵਾਨਾਂ ਵਾਂਗ ਤੜਕੇ ਜੰਗਲ ਪਾਣੀ ਜਾਣ ਪਿੱਛੋਂ ਤੱਤੇ ਘਿਓ ਦੀਆਂ ਕੱਟਾਂ ਭਰਦਾ ਅਤੇ ਡੰਡ ਬੈਠਕਾਂ ਵੀ ਮਾਰਦਾ। ਉਹਦਾ ਸਰੀਰ ਵੀ ਬਾਹਵਾ ਨਿਖਰ ਆਇਆ ਸੀ, ਪੱਠੇ ਮਜ਼ਬੂਤ ਹੋ ਗਏ ਸਨ, ਛਾਤੀ ਚੌੜੇ ਡੌਲੇ ਕੁੱਕੜੀਆਂ ਵਾਲੇ ਅਤੇ ਪੱਟਾਂ ਉੱਤੇ ਘੁੱਗੀਆਂ ਪੈਂਦੀਆਂ ਸਨ। ਨਿਆਈਆਂ ਵਿੱਚ ਜਾ ਕੇ ਉਹ ਪਸੇਰੀ ਸੁੱਟਦਾ ਅਤੇ ਮੁਗਦਰ ਚੱਕਦਾ। ਮਾਂ ਚਾਹੁੰਦੀ ਸੀ ਅਰਜਨ ਨੂੰ ਵੀ ਸਾਕ ਹੋ ਜਾਏ, ਦੇਖਣ ਵਾਲੇ ਆਉਂਦੇ, ਮਾਂ ਉਹਨਾਂ ਦੀ ਪੂਰੀ ਖਾਤਰ ਸੇਵਾ ਕਰਵਾਉਂਦੀ, ਪਰ ਕਿਸੇ ਨਾ ਕਿਸੇ ਤਰ੍ਹਾਂ ਝੰਡਾ ਵਿੱਚ ਦੀ ਟੁੱਚਰ ਮਾਰ ਜਾਂਦਾ। ਹੱਸ ਕੇ ਆਖਦਾ, ਅਜੇ ਤਾਂ ਲੰਡੇ ਚੋਰੀ ਆ, ਇਹ ਕੀ ਪਤਾ ਸਾਧੀ ਬਣ ਜੇ, ਕੰਮ ਤਾਂ ਕੋਈ ਕਰਦਾ ਦੀ, ਕੁੜੀ ਤਾਂ ਦੇ ਕੇ ਕੀ ਕਰੂ ਅਗਲਾ, ਇਹ ਤਾਂ ਮੀਨਾ ਮੀਨਾ ਗੱਲਾਂ, ਮੱਲਾਂ ਨਾਲ ਹੀ ਗਿਆ ਨਹੀਂ ਮੁੜਦਾ। ਉਹ ਸਾਡੇ ਕੋਲ ਬੈਠੀ ਕਰਮਾਂ ਨੂੰ ਰੋਇਆ ਕਰੇ, ਕਹਾਂ ਤੁਹਾਡੀ ਮਰਜ਼ੀ ਹੈ, ਸਾਡੇ ਕਨੀਓ ਕੋਈ ਨਿਕਾਰੀ ਨਹੀਂ, ਫਿਰ ਉਹਦੇ ਨਾਲ ਗੱਲ ਕਰ ਲਓ, ਮਾਂ ਨੂੰ ਪੁੱਛ ਲਓ, ਜੇ ਜੁਮਾ ਉੱਠਦੀ ਹੈ ਸਾਹ ਕਰਨ ਵਾਲੇ ਦੇ ਮਨ ਵਿੱਚ ਬੁਰੀ ਜੱਚ ਜਾਂਦੀ ਅਤੇ ਉਹ ਝੱਟ ਤਿਲਕ ਜਾਂਦਾ, ਮਾਂ ਦੀ ਕੋਈ ਪਰਵਾਹ ਨਾ ਕਰਦਾ।
अर्जन के मन उत्ते इहदा कोई बहुता माड़ा असर नहीं हुंदा सी। हुण जदों कदे अर्जन घरों बाहर रह के वापस मुड़दा उहनूं बहुते दिन लग जांदे तां उहदी भरजाई उहदे नाल बहुत लड़दी, मिठा मिठा चिड़कदी, आखदी तेरा घर जी नहीं लगता वेकड़िया बूबणिया मगर फिरदा रहिंदा, दस घुल के की पिया है तेनूं इन्हां ने, जां कोई होर रोग है दस। उह हसदा रहिंदा, जवाब कोई ना दिंदा ते फिर उह दाल विच दुगणा घिओ पा के पुछदी, लगदा है किसे चाट ते हरामियां, चाट की हुंदी आ उह पुछदा है, चाट दा उदां सवाद आऊ जिद्दण टंगा तोड़ियां किसे ने, ते फिर हौली दे के समझौती दिंदी, मैं हैगी हाँ तू मैनू दस की दसा तेनूं। वह मुस्कड़िए हसदा होया पुछदा है, सब जान दा बशर्मा, जान दी मैं भी हाँ, जिद्दण फड़ लिया ना दे लिया गोड्यां हेठ पसलियां तोड़ तेरिया, जान तेरे च हैगी नहीं पसलियां तोड़न नूं, सच्ची मुची थोड़ा तोड़निया पसलियां तेरिया, तेरे संगल पाने ते जिन्ना मर्जी भज लै, संगल तू पा चुकी है, देख ली तू तकड़ा कि मैं तकड़ी। इदा ही द्योर भरजाई चौल मुल करते रहेंदे ते अखीर अर्जन की भरजाई उन्हूं संगल पा ही लिया। उन्हां दिनां विच मां की मौत हो गई सी, हुण अर्जन किधरे बाहर नहीं जाता सी, पहलवानां दा खेड़ा छड्ड दिता सी, साह दे डेरे भी कदे कदे जाता सी, खेत भी गेड़ा मार लग गया, पर किसे काम नूं हथ नहीं पाउंदा सी। भरजाई उन्हूं पूरा बन के रखदी, उहदा हर शौक पूरा करदी, उन्हूं खाण पीण नूं खुल्ला दिंदी, चंडा उन्हूं किसे काम लई कहना दा टोक दिंदी, इहने कदे पहलां कीता तां होवे हुण करे, पहलां तां वेहला ही रखिआ हुण किधरों लल्लर ला दू इह, मैं कदों कहना बई ये तो हल का मुन्ना फड़े, घट्टो घट न्याणा तो फड़ लिया करके, रोटी च पकण वेले खेत रोटी लै जाया करे, मैंस नूं टोबे नमा लिया करे, कदे कखां दी भरी लिया दिया करे, की घस जू इहदा झंडा गेड़ा पा के उहनूं कम्मां विच किवें ना किवें फसाउणा चाहुंदा सी। अर्जन मन दा मौजी सी, चित्त उत्ते आउंदा तां कोई कम कर लैंदा, नहीं तां किसल मार जांदा, चंडा उन्हूं ताड़ के नहीं आखदा सी, जे कदे उच्चा बोल भी पैंदा तां उह झट रुस जांदा ते साह दे डेरे जा बैठदा। भरजाई मना लिआउंदी, चंडा ते उहदी घरवाली मुंडे दी गल सुण के बड़े ही हैरान होए कि अर्जन उहदा चाचा किहड़े की गिंदर दे बाहरले घर बैठा किसी बंदे नाल दारू पी के रहा है। घर जा के भरजाई भी रोटी मंगी तां उहने भी रोटी थाली विच पा के दित्ती ते वल शक भरियां नज़रां नाल चक्कण देखी, उहनूं कुछ पुछिआ नहीं, ਉਹ ਘਾਉਂ ਮਾਉਂ ਜਿਹਾ ਬਣਿਆ ਰੋਟੀ ਖਾ ਰਿਹਾ ਸੀ, ਉਹ ਤਾਂ ਅੱਖ ਨਹੀਂ ਸੀ ਚੁੱਕਦਾ। ਚੰਡੇ ਨੇ ਉਹਨੂੰ ਦੇਖਿਆ ਤਾਂ ਉਹਦੇ ਕੋਲੋਂ ਦੂਰ ਹੋ ਗਿਆ, ਪਰਾਂ ਜਾ ਕੇ ਪਸ਼ੂਆਂ ਨੂੰ ਹਰੇ ਦੇ ਟੋਕਰੇ ਸੁੱਟਣ ਲੱਗਿਆ। ਅਰਜਨ ਨੇ ਰੋਟੀ ਖਾਧੀ ਤੇ ਕੁਰਲੀ ਜਿਹੀ ਕਰਕੇ ਚੁੱਪ ਚਾਪ ਆਪਣੇ ਮੰਜੇ ਉੱਤੇ ਜਾ ਪਿਆ। ਮੁੰਡਾ ਚਾਚਾ ਚਾਚਾ ਕਰਦੇ ਉਹਦੇ ਉੱਤੇ ਲਿਟਣ ਲੱਗਾ, ਪਰ ਉਹ ਮੂੰਹੋਂ ਬੋਲਿਆ ਨਹੀਂ। ਮੁੰਡਾ ਕਹਿੰਦਾ ਚਾਚੇ ਨੂੰ ਤਾਂ ਨੀਂਦ ਆਉਂਦੀ ਹੈ ਬੇਬੇ। ਚੰਡੇ ਤੋਂ ਬਹੁਤੇ ਨੇ ਆਪਸ ਵਿੱਚ ਅਰਜਨ ਦੀ ਕੋਈ ਗੱਲ ਨਾ ਕੀਤੀ, ਗੱਲ ਵੀ ਕੀ ਕਰਦੇ, ਸਾਫ਼ ਪਤਾ ਸੀ ਕਿ ਉਹ ਦਾਰੂ ਪੀ ਕੇ ਆਇਆ ਹੈ। ਗਿੰਦਰ ਕਿ ਬਾਹਰਲੇ ਘਰ ਅਰਜਨ ਨਾਲ ਦਾਰੂ ਪੀਣ ਵਾਲਾ ਸੀ। ਗਿੰਦਰ ਦਾ ਹੀ ਗੁਆਂਢੀ ਸੀ ਪ੍ਰੀਤਮ, ਪ੍ਰੀਤਮ ਜਿਸ ਦੀ ਬਹੂ ਨੰਦ ਕੌਰ ਸੀ। ਨੰਦ ਕੌਰ ਕੋਲ ਗਿੰਦਰ ਦੀ ਬਹੂ ਹਰਨਾਮੀ ਦੇ ਉੱਠਣ ਬੈਠਣ ਸੀ। ਹਰਨਾਮੀ ਪ੍ਰੀਤਮ ਨੂੰ ਮਿੱਠੀਆਂ ਮਿੱਠੀਆਂ ਮਸ਼ਕਰੀਆਂ ਕਰਦੀ ਰਹਿੰਦੀ, ਦਿਓਰ ਜੋ ਲੱਗਦਾ ਸੀ। ਪ੍ਰੀਤਮ ਉਹਨੂੰ ਜਵਾਬ ਤਾਂ ਕਰਦਾ ਪਰ ਆਪਣੀ ਬਹੂ ਕੋਲ ਹੋਣ ਕਰਕੇ ਸੰਗ ਜਾਂਦਾ, ਕਦੇ ਕਦੇ ਉਸਨੂੰ ਇਕੱਲੇ ਨੂੰ ਵੀ ਛੇੜ ਦਿੰਦੀ। ਗਿੰਦਰ ਤਾਂ ਪੀਂਦਾ ਨਹੀਂ ਸੀ, ਉਹ ਉਸ ਦਿਨ ਬਾਹਰਲੇ ਘਰ ਵੀ ਨਹੀਂ ਸੀ। ਗਵਾਂਢ ਮੱਥਾ ਹੋਣ ਕਰਕੇ ਪ੍ਰੀਤਮ ਆਪਣਾ ਘਰ ਸਮਝ ਕੇ ਉੱਥੇ ਹੀ ਬੈਠ ਗਿਆ। ਪ੍ਰੀਤਮ ਨੇ ਅਰਜਨ ਬਚਪਨ ਦੇ ਆੜੀ ਸਨ, ਇਕੱਠੇ ਖੇਡੇ ਸਨ, ਇਕੱਠਿਆਂ ਨੇ ਸ਼ਰਾਰਤਾਂ ਕੀਤੀਆਂ ਸਨ, ਲੜਦੇ ਭਿੜਦੇ ਵੀ ਰਹਿੰਦੇ ਸਨ, ਪਰ ਦੋਸਤੀ ਵਿੱਚ ਫਰਕ ਨਹੀਂ ਕਦੇ ਪਿਆ ਸੀ। ਉਡਾਰ ਉਮਰ ਤੋਂ ਉਹ ਕਦੇ ਕਦੇ ਚੋਰੀ ਛੱਪੇ ਘੁੱਟ ਲਾ ਲਿਆ ਕਰੇ, ਪੀਂਦੇ ਤੋਂ ਮਗਰ ਗੁੜ ਖਾ ਲੈਂਦੇ, ਕਿਸੇ ਨੂੰ ਪੀਤੀ ਦਾ ਪਤਾ ਜਾਂ ਨਾ ਲੱਗਣ ਦਿੰਦੇ। ਹੁਣ ਪ੍ਰੀਤਮ ਜਦੋਂ ਵਿਆਹਿਆ ਗਿਆ ਸੀ ਉਹ ਜ਼ਰੂਰ ਹੀ ਕਦੇ ਇਕੱਠੇ ਹੁੰਦੇ ਅਤੇ ਲਾਜ਼ਮੀ ਸ਼ਰਾਬ ਪੀਂਦੇ। ਉਹ ਰਾਤ ਅਰਜਨ ਦੇ ਘਰ ਹੀ ਨਹੀਂ ਜਾਂਦਾ ਸੀ, ਉਹ ਤਾਂ ਅਰਜਨ ਹੁੰਦੇ ਅਤੇ ਲਾਜ਼ਮੀ ਸ਼ਰਾਬ ਪੀਂਦੇ। ਉਸ ਰਾਤ ਅਰਜਨ ਉਹ ਘਰ ਨਹੀਂ ਗਿਆ, ਅਤੇ ਜੇ ਉਹਦੀ ਮਾਂ ਵੀ ਜਿਉਂਦੀ ਹੁੰਦੀ ਤਾਂ ਉਹ ਤੋਂ ਮਗਰੋਂ ਉਹ ਭਰਾ ਭਰਜਾਈ ਦੀ ਅੱਖ ਸ਼ਰਮ ਰੱਖਦਾ ਆਇਆ ਸੀ। ਪਰ ਅਰਜਨ ਅਰਜਨ ਨੇ ਮਿੱਥ ਲਿਆ ਸੀ ਕਿ ਉਹ ਦਾਰੂ ਪੀ ਕੇ ਘਰ ਜਾ ਕੇ ਰੋਟੀ ਖਾਵੇਗਾ, ਆਪਣੇ ਘਰ ਜਾ ਕੇ ਪਵੇਗਾ, ਵੱਡੇ ਭਾਈ ਦਾ ਉਹਨੂੰ ਕਿਹੜਾ ਡਰ ਮਾਰਿਆ ਹੈ। ਭਰਜਾਈ ਤੋਂ ਉਹਦਾ ਡਰਨ ਦੀ ਕੋਈ ਲੋੜ ਨਹੀਂ। ਉਸ ਦਿਨ ਗਿੰਦਰ ਕਿ ਬਾਹਰਲੇ ਘਰ ਦਾਰੂ ਪੀਂਦੇ ਪਹਿਲਾਂ ਤਾਂ ਉਹ ਖੇਤਾਂ ਦੀਆਂ ਗੱਲਾਂ ਕਰਦੇ ਰਹੇ, ਫਿਰ ਪ੍ਰੀਤਮ ਆਪਣੀ ਆਨੰਦ ਕੌਰ ਨੂੰ ਲੈ ਕੇ ਬੈਠ ਗਿਆ। ਅਰਜਨ ਨੇ ਬੰਦ ਤੋਂ ਭਾਬੀ ਦੀਆਂ ਗੱਲਾਂ ਸੁਣੀਆਂ ਅਤੇ ਫਿਰ ਪ੍ਰੀਤਮ ਨੇ ਗਿੰਦਰ ਦੀ ਬਹੂ ਹਰਨਾਮੀ ਦੀ ਗੱਲ ਛੇੜ ਲਈ। ਯਾਰ ਅਰਜਣਾ ਤੀਵੀਂ ਤਾਂ ਗਿੰਦਰ ਦੀ ਹੈ, ਅੱਖ ਸਾਲੀ ਦੀ ਕਲਜਾ ਲੈ ਕੇ ਕੱਢ ਕੇ ਲੈ ਕੇ ਜਾਂਦੀ ਹੈ, ਮਸ਼ਕਰ ਵੀ ਕਰੂ ਤੀਵੀਂ ਕੰਜਰ ਦੀ, ਬਸ ਸਮਝ ਲੈ ਹੱਡ ਤੇ ਨਹੇਰ ਨਾ ਮਾਰਦੀ ਹੈ, ਬੰਦੇ ਨੂੰ ਬੋਲਣ ਜੋਗਣਾ ਵੀ ਨਹੀਂ ਛੱਡਦੀ। ਅੱਛਾ ਯਾਰ ਗੱਲ ਤਾਂ ਕਰਾ ਫਿਰ, ਦੇਖੀ ਜੰਡੀ ਦਾ ਭੌਣ। ਅਰਜਨ ਨੇ ਬੁੱਲਾਂ ਉੱਤੇ ਜੀਭ ਫੇਰੀ। ਦੇਖ ਲਾਂਗੇ, ਆ ਜਾ ਕਦੇ ਸਾਡੇ ਘਰ ਬੈਠਾਂਗੇ, ਥੋੜ੍ਹੀ ਥੋੜ੍ਹੀ ਪੀ ਵੀ ਲਵਾਂਗੇ, ਤੁਹਾਡੇ ਘਰ ਕਰਨ ਦੀ ਕੀ ਲੋੜ ਹੈ ਯਾਰ। ਕਰਨ ਕੀ ਆਉਣਾ ਸੀ, ਗੁਆਂਢ ਹੈ, ਆਨੰਦ ਕੌਰ ਕੋਲ ਤਾਂ ਉਹ ਗੇੜਾ ਮਾਰਦੀ ਹੀ ਰਹਿੰਦੀ ਹੈ, ਅਤੇ ਨਾ ਕਿਤੇ ਆਨੰਦ ਕੌਰ ਨਾਲ ਜੁੱਤੀ ਨਾ ਕੱਢ ਲਏ ਤੈਨੂੰ।
जुत्ती नूं एडा की करांगे यार, तैनूं तां बस दिखाउणी आ। उह कहां गां नूं जाण इक अद्ध गल भी कर लांगे, आईओ कर लैंदी है गल बेगाने बंदे नाल। हाँ वो तां पूरी खुली है, तू देखी तां सही, तू यूं ना छेड़ के देखी कदे। तू मैनूं जाणदा आई है, मेरे च हिम्मत नहीं किस नाल गलों मिट्टी है, हिस्स खेड के किन्ना मना लावांगे, ये नहीं तेतों हुंदा। फिर मैनू तो लोड़ भी नहीं कई जाती, ज्यौदी रही तो मेरी नंद कौर तो फिर मना लवेंगे कदे मत्था देखते हैं। अर्जन पब्बा भर होके बैठ गया, ओए तू ठीक है होके बैठ, तू हुणे ही आया जिमें गुड़ की रोड़ी मूँह पा ली होवे, एडी छेती बन वाला काम नहीं है, मेहनत करनी पऊ खासी। उसने गिंदर दे बाहरले घर दारू पीते रहे, फिर अनामी दी गल्लां करते रहे, प्रीतम ने उन्हें पूरा तैयार कर लिया। अगली सवेर दिन चढ़े अर्जन मंजे तो उठा, सारा टब्बर चाह पी चुकया सी। उन्हें अपने भतीजे हरदित का नाँ लेके आवाज मारी, हरदित का कदों का चाह पी के घरों बार हानी मुंडिया कुड़ियों नाल खेडन लग्या सी। उन्हें एक आवाज होर मारी तां बंते बोली, आ गई जाग काका जी, हुण तुहानूं दस की आखना चाह। वह इन्ना ही बोलिया, अजे तक मंजे उत्तों मत्था फड़ी बैठा सी, हुण जरांद कर दो मिनट, मीह संत बकलियां घुट दिया फिर दिनी आ चाह बना के। बंतो ओदे कोल आई सी ते ओदे बाल सिर दे बालां विच प्यार नाल उंगलां ते खरखराच के रे कर रही सी।